कई टीके लाके मरे कई सुते सोंगे ने पंजाब दे हालात यारो माड़े हो गए ने बॉलीवुड वाले भी नशेड़ी हो गए ने जा मारे नशा जाए शक मारदा ए रोज दा कलेश घर नू उजाड़दा माड़े दी ना रीस करो चंगे दी ही करो झूठ वाली छड़ रा सच वाली फड़ो। बहुत वधिया सिलसिला चलता ही आन के दो तीन गेस्टां कीतियां पर बेनीफिट नहीं कुछ भी होया 15-16 गाने रिकॉर्ड भी होए आ 16-17 सोंग भी लिखे आ ते हुण घर दा गुजारा बहुत मुश्किल आ ते दिहाड़ी ला के झट लंघण डिया जी ते चलो इहनां दा शौक है फिर भी मन नूं समझा लैंदा आ इस करके फिर हल्ले वी थोड़ा बहुता काम करना पैंदा बच्चे भी नाल साथ दिंदे आ मैं भी करदी आ काम फुटबालां दा इदां इह वी अपना शौक पूरा कर लैंदे आ जिला गुरदासपुर दे पिंड तारागढ़ दा रहण वाला हीरो सिकंदर जिसने किसे समय नामवर सिंगर सरदूल सिकंदर दे कोलों गायकी दे गुर ले पर हुण हीरो सिकंदर गरीबी दी जिंदगी जी रहा है। हीरो गरीबी तो इन्ना तंग हो गया कि उसने रस्ता चुन लिया नशे दा। हीरो दसदा है कि जदों नशा करके घर आंदा सी तां घर विच कलेश होण लग जांदा सी पर हुण ओह नशे तो बहुत दूर जा चुका है। दवाई खा रहा है नशा छड्डण दी। स्वर्गीय सरदूल सिकंदर दा चेला रहा हीरो सिकंदर ने अपनी जिंदगी दे बारे दस्या कि उसने सरदूल सिकंदर कोलों गाना सिखिया सी। 2 साल उस्ताद सरदूल सिकंदर दे कोल रहा 1500 to 1600 गाने लिखे पर हथ कुछ नहीं लग्या। कई वड्डे सिंगरां दे कोल अपने गाने लैके गया पर गल ना बनी। फिर भी उसने कुछ वीडियो गाने अते MP3 गाने भी रिकॉर्ड करवाए पर उसकी किस्मत ने उसका साथ नहीं दिता। उसने दसिया कि वह स्टेज शो भी करता है पर कोरोना के कारण स्टेज शो नहीं लग रहे जिस कारण घर का खर्चा भी चलना मुश्किल हो गया जिस कारण वह राज मिस्त्रियों के नाल हुण दिहाड़ियां लगा के घर चला रहा है। उसने दसिया कि माता पिता ते भरा दी मौत तो बाद घर दे हालात ऐसे विगड़े कि उह नशे दी दलदल विच चला गया पर हुण अपने आप नूं सुधारन दे लई नशिया तो दूर जा रहा है। नशे तो दूर जाण लई उह हुण नशा छड्डन दे लई दवाइयां भी खा रहा है। हीरो सिकंदर दी पत्नी रीता ने दसिया कि पहला तां घर दे हालात चंगे सन पर थोड़ी देर बाद घर दे हालात बहुत माड़े हो गए। पति नशा करन लग्या अते घर विच कलेश रहन लग्या। ਉਹ ਘਰ ਦਾ ਖਰਚਾ ਚਲਾਉਣ ਲਈ ਫੁੱਟਬਾਲ ਸੇਂਦੀ ਸੀ ਪਰ ਉਸਦਾ ਪਤੀ ਸਾਰੇ ਪੈਸੇ ਨਸ਼ੇ ਵਿੱਚ ਉਡਾ ਦਿੰਦਾ ਸੀ ਪਰ ਹੁਣ ਥੋੜੇ ਬਹੁਤੇ ਘਰ ਦੇ ਹਾਲਾਤ ਠੀਕ ਹਨ ਅਤੇ ਉਸਦਾ ਪਤੀ ਹੀਰੋ ਸਿਕੰਦਰ ਨਸ਼ਾ ਛੱਡਣ ਲਈ ਦਵਾਈ ਵੀ ਖਾ ਰਿਹਾ ਹੈ। ਹਾਂਜੀ ਸਰ ਦੁੱਖ ਤਾਂ ਬੜਾ ਹੁੰਦਾ ਜੀ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਕੁਝ ਹਾਸਲ ਨਹੀਂ ਹੋਇਆ। ਇੱਕ ਘਰ ਦੇ ਹਾਲਾਤਾਂ ਦੇ ਕਰਕੇ ਮਨ 'ਚ ਬੜਾ ਦੁੱਖ ਤਾਂ ਬਹੁਤ ਹੁੰਦਾ ਹੈ ਕਿ ਘਰ ਦੇ ਖਰਚਾ ਜੇ ਇਹ ਇਹਨਾਂ ਦੇ ਇਹ ਕੰਮਾਂ 'ਚ ਪੈਣ ਫਿਰ ਘਰ ਦੇ ਖਰਚੇ ਨਹੀਂ ਚੱਲਦੇ ਕਿਉਂਕਿ ਇਹੋ ਹੀ ਇਹਨਾਂ 'ਤੇ ਸਾਰੀ ਜ਼ਿੰਮੇਵਾਰੀ ਇਹੋ ਹੀ ਘਰ ਦਾ ਖਰਚਾ ਚਲਾਉਂਦੇ ਆ ਅਤੇ ਚਲੋ ਇਹਨਾਂ ਦਾ ਸ਼ੌਂਕ ਹੈ ਫਿਰ ਵੀ ਮਨ ਨੂੰ ਸਮਝਾ ਲਈਦਾ ਆ ਇਸ ਕਰਕੇ ਫਿਰ ਸਾਨੂੰ ਵੀ ਥੋੜ੍ਹਾ ਬਹੁਤਾ ਕੰਮ ਕਰਨਾ ਪੈਂਦਾ ਬੱਚੇ ਵੀ ਨਾਲ ਸਾਥ ਦਿੰਦੇ ਆ ਮੈਂ ਵੀ ਕਰਦੀ ਹਾਂ ਕੰਮ ਫੁੱਟਬਾਲਾਂ ਦਾ ਅਤੇ ਇੱਦਾਂ ਇਹ ਵੀ ਆਪਣਾ ਸ਼ੌਂਕ ਪੂਰਾ ਕਰ ਲੈਂਦੇ ਆ ਪਰ ਹਾਸਲ ਵਾਲੇ ਤਾਂ ਤੁਹਾਨੂੰ ਪਤਾ ਹੀ ਆ ਕੋਈ ਹਾਸਲ ਨਹੀਂ ਹੋਇਆ ਅਤੇ ਆਪਣਾ ਘਰ ਦਾ ਖਰਚਾ ਚਲਾਏਗਾ। ਹੁਣ ਜਿਸ ਤਰ੍ਹਾਂ ਇਹਨਾਂ ਦੀ ਵੀ ਗੱਲ ਕਰ ਲਈ ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਕਿ ਨਸ਼ੇ ਨਾਲ ਗ੍ਰਸਤ ਸੀ ਪਹਿਲਾਂ ਪਰ ਉਸ ਟਾਈਮ ਦਾ ਮਾਹੌਲ ਘਰ ਦਾ ਕਿੱਦਾਂ ਸੀ ਹੁਣ ਨਸ਼ੇ ਤੋਂ ਬਾਹਰ ਆ ਗਏ ਨੇ ਹੁਣ ਮਾਹੌਲ ਕਿੱਦਾਂ ਉਸ ਟਾਈਮ ਦੇ ਕਲਾ ਕਲੇਸ਼ ਘਰ ਦੇ ਵਿੱਚ ਹੋਇਆ ਜਾ। ਹਾਂਜੀ ਭਾਅ ਜੀ ਬਹੁਤ ਜ਼ਿਆਦਾ ਲੜਾਈ ਵੀ ਹੁੰਦੀ ਸੀ ਵੀ ਨਸ਼ੇ ਕਰ ਲੈਣੇ ਅਤੇ ਘਰ ਦੇ ਵੱਲ ਧਿਆਨ ਨਾ ਦੇਣਾ ਅਤੇ ਜੇ ਇਹਨਾਂ ਨੂੰ ਕਹਿਣਾ ਤਾਂ ਇਹ ਕਹਿੰਦੇ ਵੀ ਮੇਰੇ ਟੈਨਸ਼ਨ ਦਾ ਕਰਕੇ ਮੈਂ ਪੀੜਿਆ ਵਾਂ ਗਾਉਂਦਾ ਵੀ ਹਾਂ ਲਿਖਦਾ ਵੀ ਹਾਂ ਅਤੇ ਮੇਰਾ ਕੋਈ ਸਾਥ ਨਹੀਂ ਆ ਅਤੇ ਇਸ ਕਰਕੇ ਮੇਰਾ ਮਨ ਕਰਦਾ ਵੀ ਮੈਂ ਨਸ਼ੇ ਕਰਾਂ ਤਾਂ ਉਹਦੇ ਨਾਲ ਥੋੜ੍ਹਾ ਮੈਨੂੰ ਮਨ ਹੋਰ ਹੋ ਜਾਂਦਾ। ਅੱਜ ਫਿਰ ਉਸ ਵੀਰ ਨੇ ਤੁਹਾਡੇ ਘਰ ਵਾਲੇ ਅੱਜ ਫਿਰ ਉਸ ਲਾਈਨ ਫਿਰ ਦੁਬਾਰਾ ਉਹ ਪੜ੍ਹ ਲਈ ਆਪਣੀ ਗਾਇਕੀ ਦੀ ਜਿਹੜੀ ਪਿਛੜ ਗਏ ਸੀ ਪਰ ਅੱਜ ਫਿਰ ਚੜ੍ਹੇ ਕੀ ਕਹਿੰਦੇ ਪਰਮਾਤਮਾ ਦਰਸ਼ਕਾਂ ਨੂੰ ਕੀ ਅਪੀਲ ਕਰਦੇ?
ਹਾਂਜੀ ਦਰਸ਼ਕਾਂ ਨੂੰ ਇਹੋ ਹੀ ਅਪੀਲ ਆ ਕਿ ਨਸ਼ਿਆਂ 'ਚ ਫਸੇ ਪਏ ਸੀ ਜੇ ਹੁਣ ਬਾਹਰ ਨਿਕਲੇ ਆ ਅਤੇ ਇਹਨਾਂ ਦੀ ਸਪੋਰਟ ਕੀਤੀ ਜਾਵੇ ਹਰ ਨੂੰ ਇਹੋ ਹੀ ਬੇਨਤੀ ਹੈ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਭਾਜੀ 2 ਸਾਲ ਮੈਂ ਮਾਮਾ ਜੀ ਹੁਣ ਸਾਡੇ ਰਹਿੰਦੇ ਸੀ ਜੋਧਿਆਣਾ ਬਸਤੀ ਲਾਗੇ ਖਵਾਜਕਾ ਕਲੋਨੀ ਆ ਉੱਥੇ ਚਲ ਗਏ ਸਹੁਰੇ ਘਰ ਅਤੇ ਉੱਥੋਂ ਜਾ ਕੇ ਉਸਤਾਦ ਜੀ ਹੋਣਾ ਕੋਲ ਰਾਗ ਵਿਦਿਆ ਲੈ ਕੇ ਰਿਆਜ਼ ਕਰਨਾ ਮਿਹਨਤ ਕਰਨੀ ਕਿਸੇ ਵੇਲੇ ਉਸਤਾਦ ਜੀ ਹੋਣਾ ਨਹੀਂ ਨਾਮ ਹੀ ਹੋਣਾ ਅਤੇ ਉਸਤਾਦ ਜੀ ਸਰਦੂ ਸਿਕੰਦਰ ਜੀ ਨੌਹ ਸਿੰਘ ਖੇੜੀ ਉਹਨਾਂ ਦਾ ਪਿੰਡ ਆ ਕੰਨੇ ਤੋਂ 8 ਕਿਲੋਮੀਟਰ ਹਟਵਾਂ ਅਤੇ ਬਹੁਤ ਵਧੀਆ ਸਿਲਸਿਲਾ ਚੱਲਦਾ ਸੀ ਆਣ ਕੇ 2-3 ਕੈਸਟਾਂ ਵੀ ਕੀਤੀਆਂ ਪਰ ਬੈਨੀਫਿਟ ਨਹੀਂ ਕੁਛ ਵੀ ਹੋਇਆ 15-16 ਗਾਣੇ ਰਿਕਾਰਡ ਵੀ ਹੋਏ ਆ 1600-1700 ਸੌਂਗ ਵੀ ਲਿਖਿਆ ਆ ਅਤੇ ਹੁਣ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਆ ਅਤੇ ਦਿਹਾੜੀ ਲਾ ਕੇ ਝੱਟ ਲੰਘਣ ਡਿਆ ਅੱਜ ਅਤੇ ਮਾੜਾ ਮੋਟਾ ਜੋ ਵੀ ਆ ਸਿਲਸਿਲਾ ਹੁਣ ਤਾਂ ਨਾ ਕੋਈ ਪ੍ਰੋਗਰਾਮ ਆ ਨਹੀਂ ਤਾਂ ਮਾੜਾ ਮੋਟਾ ਮੇਲਿਆਂ ਦਾ ਚੱਲਦਾ ਸੀਗਾ ਅਤੇ ਗੁਜ਼ਾਰਾ ਹੁੰਦਾ ਸੀਗਾ ਘਰ ਦਾ ਤੋਰੀ ਫੁਲਕਾ ਚੱਲਦਾ ਸੀ ਹੁਣ ਦਿਹਾੜੀ ਲਾਉਣ ਜਾਈਦਾ ਸ਼ਾਮਾਂ ਨੂੰ ਕੋਈ 200-300 ਕਮਾ ਕੇ ਆਈਦਾ ਅਤੇ ਪਰ ਬੜਾ ਮੁਸ਼ਕਲ ਹੈ ਝੱਟ ਗੁਜ਼ਾਰਾ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਭਾਅ ਜੀ 3 ਬੱਚੇ ਆ ਔਰ ਘਰ ਵਾਲੀ ਆ ਰੀਟਾ ਜੀ ਬੇਟਾ ਆ ਵੰਸ਼ ਬੇਟੀ ਆ ਮਹਿਕ ਬੇਟੀ ਰੇਸ਼ਮਾ 3 ਬੱਚੇ ਆ ਅਤੇ 2 ਜੀ ਏ ਸੀ ਨਾਲ ਦੀ ਅਤੇ ਮੈਂ ਹੁਣ ਰਿਆਜ਼ ਕਰਨ ਨੂੰ ਟਾਈਮ ਦਿੰਦੇ ਹੋ ਤੁਸੀਂ ਹਾਂਜੀ ਭਾਅ ਜੀ ਰਿਆਜ਼ ਕਰਨ ਨੂੰ ਅਤੇ ਆਉਂਦੇ ਜਾਂਦੇ ਵੀ ਰਿਆਜ਼ ਕਰਦੇ ਰਹੀਦਾ ਅਤੇ ਪਰ ਇੱਕ ਗੱਲ ਆ ਜਿਹੜਾ ਹਾਰਮੋਨੀਅਮ 'ਤੇ ਬੈਠ ਕੇ ਰਿਆਜ਼ ਕਰਨਾ ਉਸਤਾਦ ਜੀ ਹੁਣੇ ਆਉਂਦੇ ਹੁੰਦੇ ਸੀ ਵੀ ਰਿਆਜ਼ ਕਹਿੰਦਾ ਤੂੰ ਮੈਨੂੰ 1 ਦਿਨ ਛੱਡ ਮੈਂ ਤੈਨੂੰ 10 ਮਹੀਨੇ ਛੱਡ ਦਾਂਗਾ ਜਿਹੜਾ ਸਾਹ ਆ ਉਹਨਾਂ ਦੇ ਗਏ ਹੋਏ ਬੋਲ ਜਿਹੜੇ ਨੇ ਜੋ ਉਹਨਾਂ ਨੇ ਬਖਸ਼ੇ ਨੇ ਜੋ ਦੱਸਿਆ ਵੀ ਰਿਆਜ਼ ਜਿਹੜਾ ਬੰਦਾ ਕੋਈ ਵੀ ਸਿੰਗਰ ਆ ਰਿਆਜ਼ ਉਹਨੂੰ ਨਹੀਂ ਛੱਡਣਾ ਚਾਹੀਦਾ ਜਿਹੜੇ ਮਰਜ਼ੀ ਹਾਲਾਤਾਂ ਵਿੱਚ ਹੋਵੇ ਚਾਹੇ ਜਿੰਨਾ ਮਰਜ਼ੀ ਗਰੀਬੀ 'ਚ ਦੱਬਿਆ ਹੋਵੇ ਰਿਆਜ਼ ਉਹਨੂੰ ਜ਼ਰੂਰ ਕਰਨਾ ਚਾਹੀਦਾ ਇਹ ਰਿਆਜ਼ ਹੀ ਆ 1 ਦਿਨ ਜਿਹੜਾ ਸਾਹਮਣੇ ਰੰਗ ਲਿਆਉਂਦਾ ਅਤੇ ਫਿਰ ਹੀ ਇਨਸਾਨ ਸਟੇਜ ਦੇ ਸਾਹਮਣੇ ਚਾਹੇ ਕਿਸੇ ਸਾਹਮਣੇ ਗਾ ਸਕਦਾ ਜੇ ਰਿਆਜ਼ ਹੋਏਗਾ ਮਾੜਾ ਮੋਟਾ ਤਾਂ ਜੇ ਰਿਆਜ਼ ਨਹੀਂ ਆ ਤਾਂ ਫਿਰ ਬੜੀ ਮੁਸ਼ਕਲ ਆ ਗਾਉਣ ਵਾਸਤੇ ਕਿਉਂਕਿ ਸਾਡੇ ਕੋਲ ਵੀ ਮੁਸ਼ਕਲ ਹੈਗੀ ਆ ਕਿਉਂਕਿ ਜ਼ਿਆਦਾ ਗਰੀਬੀ ਵਿੱਚ ਦੱਬੇ ਹੋਏ ਹਾਂ ਜ਼ਿਆਦਾ ਘਰ ਦੀ ਖਿੱਚ ਵੀ ਯਾਰ ਕਿਸੇ ਤਰ੍ਹਾਂ ਦਿਹਾੜੀ ਲਾ ਕੇ ਘਰ ਦੇ ਬੱਚੇ ਪਾਲੀਏ ਅਤੇ ਆਉਂਦੇ ਜਾਂਦੇ ਵੀ ਅਤੇ ਦਿਹਾੜੀ ਲਾਉਂਦੇ ਵੀ ਆਪਣੇ ਜੋ ਵੀ ਦਿਮਾਗ 'ਚ ਆਉਂਦਾ ਰਿਆਜ਼ ਕਰਦੇ ਰਹੀਦਾ ਅਤੇ ਇੱਦਾਂ ਹੀ ਟਾਈਮ ਪਾਸ ਹੋਣ ਡਿਆ ਕੁਝ ਇਹੋ ਜਿਹਾ ਖਾਸ ਨਹੀਂ ਜੇ ਗੱਲ ਕੀਤੀ ਤੁਹਾਡੀ ਨਸ਼ੇ ਦੇ ਵਿੱਚ ਵੀ ਤੁਸੀਂ ਗ੍ਰਸਤ ਰਹੇ ਹੋ ਨਸ਼ੇ ਦੇ ਨਾਲ ਵੀ ਹਾਂਜੀ ਭਾਅ ਜੀ 2-3 ਸਾਲ ਨਸ਼ੇ ਦੇ ਘੇਰੇ ਵਿੱਚ ਆ ਗਿਆ ਸੀ ਕੋਈ ਰੁਜ਼ਗਾਰ ਨਹੀਂ ਸੀ ਅਤੇ ਮੈਂ ਗੱਡੀ ਦੇ ਉੱਤੇ ਚਲਾ ਗਿਆ ਕਿਉਂਕਿ ਦਿਹਾੜੀ ਕਦੀ ਲਾਈ ਨਹੀਂ ਸੀ ਮੈਂ ਸੋਚਿਆ ਚਲ ਡਰਾਈਵਰੀ ਸਿੱਖ ਲੈਂਦੇ ਹਾਂ ਯਾਰ ਨਾਲੇ ਘਰ ਦਾ ਮਾੜਾ ਮੋਟਾ ਸਿਲਸਿਲਾ ਚੱਲਦਾ ਜਾਏਗਾ ਭਾਅ ਜੀ ਜਾ ਕੇ ਗੱਡੀ ਦੇ ਉੱਤੇ ਅਤੇ ਡਰਾਈਵਰ ਨੇ ਆਖਣਾ ਯਾਰ ਯਾਰ ਫੜ ਮਾਰ ਲਾ ਚਮਚਾ ਝੋਕਾ ਖਾਈ ਜਾਣਾ ਨਾਲ ਜਾਗਦਾ ਰਹੇਗਾ ਉੱਥੋਂ ਭਾਅ ਜੀ ਐਸੇ ਹੀ ਲਪੇਟ ਵਿੱਚ ਆਏ ਲਪੇਟ ਵਿੱਚ ਆਣ ਕੇ ਵੀ ਸੱਚੇ ਪਾਤਸ਼ਾਹ ਨੇ ਐਸੀ ਨਿਗਾਹ ਮਿਹਰ ਦੀ ਕੀਤੀ ਉਹ ਨਸ਼ੇ ਤੋਂ ਰਹਿਤ ਕਰ ਦਿੱਤਾ ਫਿਰ ਉਸੇ ਮੰਜ਼ਿਲ 'ਤੇ ਆ ਗਏ ਜਿਹੜੀ ਮੰਜ਼ਿਲ ਛੱਡੀ ਸੀ ਜਿਹੜਾ ਰਸਤਾ ਛੱਡਿਆ ਸੀ ਉਸੇ ਰਸਤੇ 'ਤੇ ਆ ਗਏ ਸਿਆਣੇ ਆਉਂਦੇ ਨੇ ਇਨਸਾਨ ਨੂੰ ਰਸਤਾ ਮਿਲ ਜਾਏ ਤਾਂ ਮੰਜ਼ਿਲ ਮਾਲਕ ਦੇ ਦਿੰਦਾ ਹੈ ਬਾਕੀ ਰਸਤਾ ਤਾਂ ਉਸਤਾਦ ਜੀ ਹੋਣੀ ਦੇ ਗਏ ਨੇ ਬਾਕੀ ਮੰਜ਼ਿਲ ਦੇਣੀ ਉਹ ਮਾਲਕ ਦੇ ਹੱਥ ਵਿੱਚ ਆ ਚਾਹੇ ਉਸਤਾਦ ਜੀ ਦੇ ਹੱਥ ਵਿੱਚ ਆ ਉਹ ਵੀ ਮਾਲਕ ਦੇ ਚਰਨਾਂ ਨਾਲ ਹੀ ਜੁੜੇ ਨੇ ਤੁਹਾਡੇ ਵੱਲੋਂ ਗਾਣੇ ਵੀ ਕਹਿੰਦੇ ਲਿਖੇ ਜਾਂਦੇ ਆ ਕਿੰਨੇ ਕੁ ਗਾਣੇ ਲਿਖੇ ਗਏ ਇਹ ਭਾਅ ਜੀ ਕੋਈ ਗਾਣੇ 1600-1700 ਸੌਂਗ ਲਿਖੇ ਆ ਅਤੇ 15-16 ਗਾਣੇ ਰਿਕਾਰਡ ਹੋਏ ਨੇ ਅਤੇ 2 ਗਾਣੇ ਵੀਡੀਓ ਸ਼ੂਟ ਹੋਏ ਨੇ ਪਰਿਵਾਰ ਪੱਖੋਂ ਕੋਈ ਸਹਿਯੋਗ ਭਾਅ ਜੀ ਪਰਿਵਾਰ ਪੱਖੋਂ ਬਹੁਤ ਸਹਿਯੋਗ ਆ ਮੇਰੇ ਘਰ ਵਾਲੇ ਰੀਟਾ ਜੀ ਬੱਚੇ ਨਾਲ ਫੁੱਟਬਾਲ ਸੀਂਦੇ ਨੇ ਕੁਝ ਮਾੜਾ ਮੋਟਾ ਵੀ ਨਾਲ ਗੁਜ਼ਾਰਾ ਕਰਦੇ ਨੇ ਉਹ ਵੀ ਸੋਚਦੇ ਨੇ ਵੀ ਜਿਹੜੀ ਇਹ ਲਾਈਨ 'ਚ ਲੱਗਾ ਸੱਚੇ ਪਾਤਸ਼ਾਹ ਮਾਲਕਾ ਇਹਨੂੰ ਸਫਲਤਾ ਦੇ ਦੇ ਕਿਤੇ ਇਹਦੀ ਆਸ ਦੂਰੀ ਨਾ ਰਹਿ ਜਾਵੇ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com